ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਪਹਿਲਾਂ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਤੇ ਸਾਰੀਆਂ ਕੈਲਗਰੀ ਦੀਆਂ ਸੰਗਤਾਂ ਵੱਲੋਂ ਭਾਈ ਸਾਹਿਬ ਤੇ ਉਹਨਾਂ ਦੇ ਜਥੇਦਾਰ ਕੈਲਗਰੀ ਵਿੱਚ ਆਉਣ ਤੇ ਸਵਾਗਤ ਕਰਦਾ। ਬਾਕੀ ਸਾਰੀਆਂ ਜਿਹੜੀਆਂ ਤਿਆਰੀਆਂ ਦੁਕਾਨਾਂ ਦੀਆਂ 21-22 ਨੂੰ ਬੁੱਧਵਾਰ ਦੀ ਸ਼ੁੱਕਰਵਾਰ 7 ਤੋਂ 9:30 ਉਹ ਸਾਰੀਆਂ ਮੁਕੰਮਲ ਹੋ ਚੁੱਕੀਆਂ ਨੇ। ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਆ ਤੇ ਮੈਂ ਇੱਕ ਵਾਰ ਫਿਰ ਭਾਈ ਸਾਹਿਬ ਨੂੰ ਜੀ ਆਇਆਂ ਆਖਦਾ ਤੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਦੀਵਾਨ ਬਾਰੇ ਜ਼ਰੂਰ ਦੱਸਣ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਕੱਲ੍ਹ ਨੂੰ ਕੈਲਗਿਰੀ ਵਿੱਚ ਸਮਾਗਮ ਸ਼ੁਰੂ ਹੋ ਰਿਹਾ। 3 ਦਿਨ ਦਾ ਮਹਾਨ ਗੁਰਮਤਿ ਸਮਾਗਮ ਹੋਣਾ ਹੈ। ਬੜੀ ਉਤਸ਼ਾਹ ਹੈ, ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਸੋ ਮੇਰੀ ਸਾਰੀਆਂ ਸੰਗਤਾਂ ਨੂੰ, ਖਾਸ ਕਰਕੇ ਕੈਲਗਿਰੀ ਦੀ ਸੰਗਤ ਨੂੰ ਬੇਨਤੀ ਹੈ ਕਿ 3 ਦਿਨ ਪਹੁੰਚ ਕੇ ਹਾਜ਼ਰੀ ਭਰੋ। ਬੜੇ ਵੀਰ ਕਈਆਂ ਦੇ ਇਤਰਾਜ਼ ਵੀ ਸੁਣਨ ਵਿੱਚ ਆਏ ਹੈ, ਪਰ ਇੱਥੇ ਆ ਕੇ ਕਮੇਟੀ ਨਾਲ ਗੱਲਬਾਤ ਕੀਤੀ ਹੈ ਤੇ ਇਹ ਪਤਾ ਲੱਗਾ ਕਿ 20-25 ਬੰਦੇ ਹੋ ਸਕਦੇ ਹੈ। ਇੱਕ ਪਾਸੇ ਹੈ ਜਿਹੜੇ ਕਹਿੰਦੇ ਪ੍ਰੋਗਰਾਮ ਨਹੀਂ ਹੋਣਾ ਚਾਹੀਦਾ, ਪਰ ਦੂਸਰੇ ਪਾਸੇ ਹਜ਼ਾਰਾਂ ਦੇ ਹਿਸਾਬ ਨਾਲ 10-15 ਹਜ਼ਾਰ ਸੰਗਤ ਇੱਦਾਂ ਦੀ ਹੈ ਜਿਹੜੇ ਸਮਾਗਮ ਵਿੱਚ ਆ ਕੇ ਹਾਜ਼ਰੀ ਭਰਨਾ ਚਾਹੁੰਦੇ ਹੈ। ਸੋ ਇਹ ਫੈਸਲਾ ਕੀਤਾ ਗਿਆ ਕਿ ਸਮਾਗਮ ਚੜ੍ਹਦੀ ਕਲਾ ਨਾਲ ਹੋਣਗੇ। ਉਹਨਾਂ ਵੀਰਾਂ ਨੂੰ ਵੀ ਬੇਨਤੀ ਹੈ ਜਿਹੜੇ ਮੇਰਾ ਵਿਰੋਧ ਕਰਦੇ ਹੈ ਕਿ ਕੱਟ ਵੱਟ ਕੇ ਪਾਈਆਂ ਹੋਈਆਂ ਵੀਡੀਓ 'ਤੇ ਭਰੋਸਾ ਨਾ ਕਰੋ। ਜੇ ਤੁਹਾਨੂੰ ਕੋਈ ਸਾਡੇ ਵਿੱਚ ਗਲਤੀ ਲੱਗਦੀ ਹੈ ਤਾਂ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਜਾਇਆ ਜਾਵੇ। ਉਹ ਅਥਾਰਟੀ ਹੈ, ਉੱਥੇ ਉਹ ਗੱਲ ਕਰਨਗੇ ਅਤੇ ਅਸੀਂ ਉਹਨਾਂ ਦਾ ਜਵਾਬ ਦੇਵਾਂਗੇ। ਇਸ ਵੇਲੇ ਕੈਲਗਿਰੀ ਵਿੱਚ ਆਇਆ, ਇੱਥੇ ਘੱਟ ਤੋਂ ਘੱਟ 10 ਜਥੇਬੰਦੀਆਂ ਨਾਲ ਜੁੜੇ ਇੱਥੇ ਸਿੰਘ ਹੋਣਗੇ। ਹਰ ਬੰਦਾ ਆਪੋ ਆਪਣੀਆਂ ਮਨੌਤਾਂ ਲੈ ਕੇ ਖੜਾ ਹੈ। ਕੋਈ ਕਹਿੰਦਾ ਮੇਰੀ ਗੱਲ ਦਾ ਜਵਾਬ ਦਿਓ, ਕੋਈ ਕਹਿੰਦਾ ਮੇਰੀ ਗੱਲ ਦਾ ਜਵਾਬ ਦਿਓ, ਫਿਰ ਜਵਾਬ ਦਿਆਂਗੇ, ਦੀਵਾਨ ਨਹੀਂ ਲੱਗ ਸਕਦੇ। ਸੋ ਮੇਰੀ ਸੰਗਤ ਨੂੰ ਬੇਨਤੀ ਹੈ, ਜੇ ਕੋਈ ਇਤਰਾਜ਼ ਹੋਵੇ ਉਹ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਗੱਲ ਕਰ ਲਓ, ਉਹਨਾਂ ਦੇ ਅਸੀਂ ਜਵਾਬ ਦੇ ਹੋ ਜਾਵੇ, ਉਹਨਾਂ ਨਾਲ ਉੱਥੇ ਜਾ ਕੇ ਗੱਲਬਾਤ ਕਰ ਸਕਦੇ ਹਾਂ। ਪਰ ਮੇਰੀ ਬੇਨਤੀ ਹੈ ਕਿ ਕੈਲਗਿਰੀ ਦੇ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਪਹੁੰਚ ਕੇ ਹਾਜ਼ਰੀ ਭਰੋ। ਕਈ ਵੀਰ ਕਹਿੰਦੇ ਉੱਥੇ ਪੱਗਾਂ ਲੈਣਗੀਆਂ, ਤੁਸੀਂ ਪੱਗਾਂ ਲਾਉਣ ਆਇਓ ਹੀ ਨਾ, ਪੱਗਾਂ ਕਿਉਂ ਲੈਣਗੀਆਂ? ਪੱਗਾਂ ਲਾਉਣ ਆਉਂਗੇ ਤਾਂ ਪੱਗਾਂ ਲੈਣਗੀਆਂ। ਸੰਗਤ ਸਾਰੀ ਪ੍ਰੋਗਰਾਮ ਸੁਣਨਾ ਚਾਹੁੰਦੀ ਹੈ। ਤੁਸੀਂ ਵੇਖ ਚੁੱਕੇ ਹੋ, ਕੈਨੇਡਾ ਦੀ ਸੰਗਤ ਪ੍ਰੋਗਰਾਮਾਂ ਦਾ, ਸਮਾਗਮਾਂ ਦਾ ਵਿਰੋਧ ਨਹੀਂ ਕਰ ਰਹੀ, ਇਹ ਕੁਛ ਬੰਦੇ ਵਿਰੋਧ ਕਰ ਰਹੇ ਹੈ। ਜੇ ਕੈਨੇਡਾ ਦੀ ਸੰਗਤ ਵਿਰੋਧ ਕਰਦੀ ਹੈ ਤਾਂ ਟੋਰਾਂਟੋ ਵਿੱਚ ਇੰਨਾ ਭਾਰੀ ਇਕੱਠ ਕਿਉਂ ਹੋਇਆ? ਐਫਸਪੋਰਟ ਵਿੱਚ ਸਮਾਗਮ ਸਰੀ ਦੇ ਨੇੜੇ ਹੋਏ ਹੈ, ਉੱਥੇ ਇੰਨੀ ਭਾਰੀ ਗਿਣਤੀ ਵਿੱਚ ਸੰਗਤ ਕਿਉਂ ਆਈ? ਵੱਡੀ ਗਿਣਤੀ ਵਿੱਚ ਸੰਗਤ ਸਮਾਗਮਾਂ ਵਿੱਚ ਹਾਜ਼ਰੀ ਭਰਦੀ ਹੈ। ਕੱਲ੍ਹ ਵਾਲੀਆਂ ਤੁਸੀਂ ਪਿਕਚਰਾਂ ਵੇਖੀਆਂ ਜਿਹਦੇ ਵਿੱਚ ਇੱਦਾਂ ਲੱਗਦਾ ਵੀ ਪੰਜਾਬ ਵਿੱਚ ਬੈਠੇ ਹਾਂ, ਇੰਨੀ ਵੱਡੀ ਗਿਣਤੀ ਵਿੱਚ ਸੰਗਤ ਆਈ ਹੈ। ਜੇ ਇੰਨਾ ਉਤਸ਼ਾਹ ਹੈ ਤੇ ਵੱਡੀ ਗਿਣਤੀ ਵਿੱਚ ਸੰਗਤ, 98% ਉਹ ਲੋਕ ਹੈ ਜਿਹੜੇ ਸੁਣਨਾ ਚਾਹੁੰਦੇ। ਸੋ ਇਹ ਕੁਛ ਵੀਰ ਨੇ ਜਿਹੜੇ, ਜਿਨ੍ਹਾਂ ਨੂੰ ਮੇਰੇ 'ਤੇ ਇਤਰਾਜ਼ ਹੈ, ਉਹਨਾਂ ਨੂੰ ਬੇਨਤੀ ਹੈ ਕਿ ਸੰਗਤ ਦਾ ਜਿਹੜਾ ਬਣਾਇਆ ਹੋਇਆ ਪ੍ਰੋਗਰਾਮ ਹੈ ਉਹਦੇ ਵਿੱਚ ਖਰਨ ਨਾ ਪਾਓ ਤੇ ਆਪ ਵੀ ਆਓ, ਆਪਣੇ ਪਰਿਵਾਰਾਂ ਨੂੰ, ਬੱਚਿਆਂ ਨੂੰ ਲੈ ਕੇ ਆਓ, ਆਪ ਆ ਕੇ ਸਾਰੇ ਦੀਵਾਨ ਸੁਣੋ ਕੀ ਠੀਕ ਹੈ ਕੀ ਗਲਤ ਹੈ। ਤੁਸੀਂ ਲਾਈਵ ਸੁਣੋਗੇ ਤਾਂ ਸਾਰਾ ਕਲੀਅਰ ਹੋ ਜਾਏਗਾ, ਕੱਟ ਵੱਟ ਕੇ ਪਾਈਆਂ ਹੋਈਆਂ ਵੀਡੀਓ ਨਾ ਸੁਣੋ। ਸੋ ਸਾਰੀ ਸੰਗਤ ਨੂੰ ਬੇਨਤੀ ਹੈ, ਹੁਕਮ ਆ ਕੇ ਪਹੁੰਚੋ ਚੜ੍ਹਦੀ ਕਲਾ ਨਾਲ। ਸਾਰੀ ਪ੍ਰਬੰਧਕ ਕਮੇਟੀ ਇੱਥੋਂ ਦੀ ਸੰਗਤ ਤਿਆਰੀ ਕਰ ਰਹੀ ਹੈ ਤੇ ਮੈਂ ਉਹਨਾਂ ਵੀਰਾਂ ਨੂੰ ਫਿਰ ਬੇਨਤੀ ਕਰਦਾ ਕਿ ਜਦੋਂ ਤੁਸੀਂ ਰੌਲਾ ਪਾਉਣ ਵਾਸਤੇ 15-20 ਆਓਗੇ, ਉੱਥੇ ਦੂਜੇ ਪਾਸੇ ਵੀ ਸਿੰਘ ਗਰਮ ਹੋ ਸਕਦੇ ਹੈ, ਝਗੜਾ ਹੁੰਦਾ ਹੈ, ਉਹਦੇ ਨਾਲ ਸਾਰੀ ਦੁਨੀਆਂ ਵਿੱਚ ਸਿੱਖ ਕੌਮ ਦਾ ਜਲੂਸ ਨਿਕਲਦਾ ਹੈ। ਤੁਸੀਂ ਆਪਣੇ ਪ੍ਰਚਾਰਕ ਵਾਰੀ ਵਾਰੀ ਸਿਰ ਸੱਦਦੇ ਰਹੇ ਹੋ, ਇਸੇ ਕੈਲਗਿਰੀ ਵਿੱਚ ਇਸੇ ਸਟੇਜ 'ਤੇ ਪ੍ਰੋਗਰਾਮ ਹੁੰਦੇ ਰਹੇ ਹੈ। ਇਹਨਾਂ ਸਾਡੇ ਵੀਰਾਂ ਵੱਲੋਂ ਕੋਈ ਕਿਸੇ ਦਾ ਵਿਰੋਧ ਨਹੀਂ ਕੀਤਾ ਗਿਆ, ਅੱਗੇ ਤੋਂ ਵੀ ਪ੍ਰੋਗਰਾਮ ਹੁੰਦੇ ਰਹਿਣੇ ਆ, ਅਸੀਂ ਕਿਸੇ ਦਾ ਵਿਰੋਧ ਨਹੀਂ ਕਰਨ ਜਾਂਦੇ। ਜੇ ਕਿਸੇ ਨੂੰ ਕੋਈ ਪ੍ਰਚਾਰਕ ਚੰਗਾ ਨਹੀਂ ਲੱਗਦਾ ਤੁਸੀਂ ਨਾ ਸੁਣਨ ਵਾਸਤੇ ਜਾਓ, ਪਰ ਇੱਦਾਂ ਅਸੀਂ ਸਾਰੀ ਦੁਨੀਆਂ ਵਿੱਚ ਆਪਣੀ ਸੰਗਤ ਦਾ, ਕੌਮ ਦਾ ਜਲੂਸ ਨਾ ਘਟਾਈਏ। ਸੋ ਇਹ ਮੇਰੀ ਆਪ ਵੀਰਾਂ ਨੂੰ ਬੇਨਤੀ ਹੈ ਕਿ ਚੜ੍ਹਦੀ ਕਲਾ ਨਾਲ ਸਮਾਗਮ ਹੋਣ ਦਿਓ। ਸੋ ਸਾਰੇ ਵੱਲ ਚੜ੍ਹ ਕੇ ਪਹੁੰਚ ਕੇ ਲਾਹਾ ਲਿਓ ਜੀ। ਵਾਹਿਗੁਰੂ ਜੀ ਕਾ ਖਾਲਸਾ।